ਵਾਲੇ ਸਾਹਮਣੇ ਬਿਲਾ ਤਕੀ ਜਿਸ ਸ਼ਖਸੀਅਤ ਨੂੰ ਪਾਕ ਸ਼ਬੀਰ ਦੇ ਪਾਕ ਮੈਂਬਰ ਤੇ ਦਾਵਤ ਦੇ ਰਿਹਾ ਕਿਸੇ ਤਾਰਫ ਦੇ ਮੁਤਾਜ ਨਹੀਂ ਜਿਸ ਤਰ੍ਹਾਂ ਕਿ ਮੈਂ ਪਹਿਲੇ ਗੁਜ਼ਾਰਿਸ਼ ਕਰ ਚੁੱਕਾ ਪਾਨ ਗਿਆਨ ਜਿਨ੍ਹਾਂ ਦਾ ਸ਼ੁਮਾਰ ਹੈ ਜਨਾਬ ਜ਼ਾਕਰੇ ਵਾਲੇ ਪੈਰ ਸੈਯਦਾਦਾ ਸੈਯਦ ਜ਼ਾਗਮ ਅਬਾਸ ਤੁਸੀਂ ਮਿਲ ਕੇ ਇਹਨਾਂ ਦੀ ਸਿਹਤ ਸਲਾਮਤੀ ਵਾਸਤੇ ਸਲਵਾਤ ਪਾਓ। ਮਜਲਿਸ ਪਾਕ ਦੀ ਕਬੂਲੀਅਤ ਵਾਸਤੇ ਸਲਵਾ ਬੀਮਾਰ ਮੋਮਨ ਮੋਮਨਾਤ ਦੀ ਸਿਹਤ ਵਾਸਤੇ ਸਲਵਾ ਉੱਜਤ ਪਾਕ ਦੀ ਸਲਾਮਤੀ ਵਾਸਤੇ ਸਲਵਾ ਬਸਤੀ ਦੇ ਮੋਮਿਨੀਨ ਮਰਹੂਮੀਨ ਵਾਸਤੇ ਬਾਨੀਆਂ ਨੇ ਮਜਲਿਸ ਦੇ ਮਰਹੂਮੀਨ ਵਾਸਤੇ ਔਰ ਬਿਲਖਸੂਸ ਜਨਾਬ ਸੈਯਦ ਮਨਜ਼ੂਰ ਹੁਸੈਨ ਸ਼ਾਹ ਸਾਹਿਬ ਆਲਾ ਮਕਾਮ ਸੈਯਦ ਨੂਰੁਲ ਅਸਲ ਸ਼ਾਹ ਸਾਹਿਬ ਆਲਾ ਮਕਾਮ ਜਨਾਬ ਸੈਯਦ ਮੋਹਸਨ ਸ਼ਾਹ ਸਾਹਿਬ ਆਲਾ ਮਕਾਮ ਇਹਨਾਂ ਸਾਰਿਆਂ ਬਜ਼ੁਰਗਾਂ ਵਾਸਤੇ ਇੱਕ ਸੂਰਾ ਫਾਤਿਹਾ ਤਿਲਾਵਤ ਬਿਸਮਿਲਲਾਹ ਰਹਿਮਾਨ ਰਹੀਮ ਅਲਹਮਦੁਲਿਲਾਹ ਰੱਬਿਲ ਆਲਮੀਨ ਰਹਿਮਾਨ ਰਹੀਮ ਮਾਲਿਕ ਯੌਮ ਅਦੀਨ ਇਯਾਕਾ ਨਅਬਦੁ ਵਇਯਾਕਾ ਨਸਤਾਈਨ ਇਹਦਾ ਸਿਰਾਤ ਮੁਸਤਕੀਮ ਬਿਸਮਿਲਲਾਹ ਰਹਿਮਾਨ ਰਹੀਮ ਕੁਲ ਕੁਲਾਹ ਵਹਦ ਅੱਲਾਹੁ ਸਮਦ ਬਿਸਮਿਲਲਾਹ ਰਹਿਮਾਨ ਰਹੀਮ ਕੁਲ ਕੁਲਾਹ ਵਹਦ ਅੱਲਾਹੁ ਸਮਦ ਬਿਸਮਿਲਲਾਹ ਰਹਿਮਾਨ ਰਹੀਮ ਕੁਲ ਕੁਲਾਹ ਵਹਦ ਅੱਲਾਹੁ ਸਮਦ ਬੇਰਿਸਕ ਯਾ ਰਿਸਕ ਦੇ ਬੇ ਔਲਾਦਾਂ ਨੂੰ ਔਲਾਦ ਦੇ ਬੇ ਇਮਾਨਾਂ ਨੂੰ ਇਮਾਨ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਤਾ ਫਰਮਾ ਹਾਜ਼ਰੀ ਨੌਕਰੀ ਕਬੂਲ ਫਰਮਾ ਹਾਜ਼ਰੀਨ ਦਾ ਤੁਰਾ ਕਬੂਲ ਫਰਮਾ ਜਗਾਏ ਮਜਲਿਸ ਪਾਕ ਵਿੱਚ ਗੁਜ਼ਰਿਆ ਸਾਰਾ ਵਕਤ ਇਬਾਦਤ ਵਿੱਚ ਸ਼ਾਮਿਲ ਇਸ ਪਾਕ ਜ਼ਿਕਰ ਦਾ ਸਦਕਾ ਸਾਡੇ ਛੋਟੇ ਬੜੇ ਗੁਨਾਹ ਮਾਫ ਫਰਮਾ ਮੁਹੱਬਤ ਅਹਿਲੇ ਬੈਤ ਅਤਾ ਫਰਮਾ ਮਾਰਫਤ ਮੁਹੰਮਦ ਅਹਿਲੇ ਬੈਤ ਮੁਹੰਮਦ ਅਤਾ ਫਰਮਾ ਮੇਰਾ ਅੱਲਾਹ ਗਮੇ ਹੁਸੈਨ ਅਲੈਹਿ ਸਲਾਮ ਅਤਾ ਫਰਮਾ ਕਾਬਿਲੇ ਇਤਰਾਮ ਬਹੁਤ ਬਹੁਤ ਕਾਬਿਲੇ ਇਤਰਾਮ ਬਾਨੀਆਂ ਨੇ ਮਜਲਿਸ ਦੇ ਰਿਜ਼ਕ ਔਲਾਦ ਵਿੱਚ ਖੈਰੋ ਬਰਕਤ ਅਤਾ ਫਰਮਾ ਔਰ ਇਸ ਅਜ਼ੀਮ ਮਜਲਿਸ ਨੂੰ ਆਪਣੇ ਅਜ਼ੀਮ ਮਕਸਦ ਤਹਿਤ ਦਰਬਾਰ ਆਲੇ ਰਸੂਲ ਵਿੱਚ ਕਬੂਲ ਮਨਜ਼ੂਰ ਫਰਮਾ ਵਾਰਿਸ ਦਾ ਜਲ ਜ਼ਹੂਰ ਫਰਮਾ ਯਾ ਰੱਬਾ ਮੁਹੰਮਦ ਮਾਲ ਮੁਹੰਮਦ ਸੱਲੇ ਅਲਾ ਮੁਹੰਮਦ ਮਾਲ ਮੁਹੰਮਦ ਵਾਜਿਲ ਫਰਜਾ ਆਲ ਮੁਹੰਮਦ ਇੱਕ ਬਹੁਤ ਸੋਹਣੀ ਸਲਵਾਤ ਜਿਤਨੇ ਬੈਠੇ ਹੋ ਉਤਨੇ ਹੀ ਸਲਵਾਤ ਇੰਜ ਸਲਵਾਤ ਪੜ੍ਹੋ ਗੁਨਾਹ ਮਾਫ ਹੋ ਮੈਨੂੰ ਚੀ ਆਵਾਜ਼ ਨਾਲ ਸਲਵਾਤ ਬਿਸਮਿਲਲਾਹ ਰਹਿਮਾਨ ਰਹੀਮ ਅਲਹਮਦੁਲਿਲਾਹ ਰੱਬਿਲ ਆਲਮੀਨ ਵਸਲਾਤੁ ਵਸਲਾਮ اشرف الانبیاء والمرسلین
सोहनी सलावात शफी अल मुज़नबीन व खातमिन नबीयीन बिल कासिम मुहम्मद शान बेअर्ज़े करबला लोगों कफन कोई नहीं मिले सदके हो अच्छा जी ठीक है अल्लाजी काला वक्त विदाए ही मिन अल खया सकीना तो अलैकुन्ना मिन्नी सलाम हुण अल्लाह दे हवाले न थके देखी मेरे पास कोई बड़ा वड्डा मजलूम है ज़हरा दा लाल एक लफ्ज गरीब करबला दे तारफ अल्लाह जी जिस्म हो गुरिया जैदे तन दे कपड़े लुटे गए अल्लाह नसल बाद हो गई अल्लाह कभी भी न रो अल्लाह जी गुसला हो दमा हो जैद जिसम दा खून उसका गुसल बने आए मैं सदके आवां अगला लफ्ज बड़ा औखा गैरतमंदा वास्ते लफ्ज है मेरे मौला हुसैन दे तारफ दा लफ्ज है अल्लाह जी हराम हो सवाब है फिल को फते शाम चहाना लो कल जदिया बेड़ी रुल गई ए सोनी मुकाम ए जन्नत नाल महंगी मजलिस ए बड़ी रूहानियत आली महफिल मैं क्यों देर करा एडा सोना जो पाक माहौल मैं प्या आदा पुत्र जवान दी शादी होए ते मां चुमदी ए सेहरा पाके उंदे सारे शगन मने दिए घर रिश्तादार बोला आए तड़पदी होई मजलिस ए मजमा खूबसूरत ए बड़ी रूहानियत आली महफिल एक मिनट मैं चाहो तुम तो रो रहे हो सिर्फ एक मिनट मैं मंगता मैं नौकर बड़े हौसले नाल मैं इत्थे नहीं मैं करबला एक लाश ते खलोता जंदी मां टुकड़े चा चा के पिया दिए बीबिया अल्लाह
ਨਾ ਜਵਾਨੀ ਨਸੀਬ ਹੋਵੇ ਉਹ ਮੈਂ ਬਿਸਮੀ ਲਗਾ ਹੁਣ ਨਹੀਂ ਲੱਭਦਾ ਹੁਣ ਨਹੀਂ ਲੱਭਦਾ ਹੱਥ ਗਾਣੇ ਵਾਲਾ ਪੌਂਡ ਠੇ ਨ ਟੁਕੜੇ ਸੋਹਣੀ ਮੁਕਾਨ ਜੀ ਬਿਸਮਿਲ ਕਰਾ ਅਜੀਬ ਰੰਗ ਮਜਲਿਸ ਇਹ ਜਵਾਨ ਏ ਜਿਸ ਦਾ ਮੈਂ ਵੈਣ ਕੀਤਾ ਹੈ ਇਸੇ ਸਾਲ ਮੁਹਰਮ ਤੋਂ ਪਹਿਲੇ ਇੱਕ ਮਕਾਮ ਤੇ ਮੈਂ ਇੱਕ ਵੈਣ ਕੀਤਾ ਤੁਹਾਡੇ ਇਲਾਕੇ ਦਾ ਬੰਦਾ ਬੈਰੂ ਨੇ ਮੁੱਲ ਕੇ ਚੁੱਠਿਆ ਮਾਤਮ ਕਰਦਾ ਕਰਦਾ ਮੇਰੇ ਕਰੀਬ ਆ ਕੇ ਆਖਣ ਲੱਗਾ ਸ਼ਾਹ ਜੀ ਇਹ ਉਹ ਲਾਸ਼ੇ ਹਰ ਮਾਂ ਦੇ ਪੁੱਤਰ ਦੀ ਲਾਸ਼ ਆਈ ਹੈ ਫਰਵਾ ਦੇ ਯਤੀਮ ਦੀ ਗਠੜੀ ਆਈ ਹੋਏ ਹੋਵੇ ਸਦਕੇ ਮਾਮਾ ਅੱਲਾ ਵਸੋ ਪਏ ਅੱਲਾ ਵਸੋ ਪਏ ਹਾਂ ਤਾਈ ਤਾਂ ਮੈਦਾਨੇ ਕਰਬਲਾ ਵਿੱਚ ਜ਼ਹਰਾ ਦਾ ਪੁੱਤਰ ਬੜਾ ਪਰੇਸ਼ਾਨ ਹੋਇਆ ਲਾਸ਼ ਨੂੰ ਇਕੱਠਾ ਕਰਦਿਆਂ ਸ਼ਹਾਣਾ ਲੋਕ ਮੌਜੀਆਂ ਦੇ ਸ਼ਰੀਫ ਲੋਗੋ ਲਾਸ਼ ਇਕੱਠਾ ਕਰਦਿਆਂ ਢਿੱਲ ਲੱਗ ਗਈ ਤੇ ਰੋ ਰੋ ਕੇ ਪਿਆ ਦਾ ਨਹੀਂ ਹਰਫ ਪੇ ਮਿਲਦੇ ਆਪਸ ਵਿੱਚ ਉੱਥੇ ਆ ਇੰਜ ਪਾਮਾਲ ਕੁਰਾਨੇ ਕਿਸਮਤ ਦੇ ਇੱਕ ਲਾਲੇ ਦੇ ਮਹਿਮਾ ਉਹ ਮੈਂ ਪਿਆਦਾ ਕੁਝ ਘੋੜੇ ਗਿਣ ਗਏ ਨਾਲ ਸੰਭਾਲੇ ਅੱਲਾ ਕਦੀ ਵੀ ਨਾ ਰੋਵਾ ਅੱਲਾ ਜਲਾਨਾ ਦਾ ਦੁੱਖ ਨਾ ਵੇਖੋ ਆਇਓ ਮੈਂ ਸਦਕੇ ਹੋਵਾ ਮਜਲਿਸ ਇਹ ਉਹ ਬੰਦੇ
ਦੀ ਮਜਲਿਸ ਹੈ ਜੈ ਖੂਨ ਦੀ ਮਹਿੰਦੀ ਲਾਈ ਅਜੈ ਦੀ ਲਾਸ਼ ਅਨੋਖੇ ਰੰਗ ਦੇ ਵਿੱਚ ਚੁੰਮਣ ਲੱਗੇ ਤਸਵੀਰ ਨਜ਼ਰ ਨਾ ਤਸਵੀਰ ਨਜ਼ਰ ਨਾ ਬਿਸਮੇ ਲੱਗਣਾ ਸਾਰੀ ਮਜਲਿਸ ਜਿਸ ਵਾਸਤੇ ਮੇਰੀ ਬਦਸਤੂਰ ਹਾਜ਼ਰੀ ਹੋ ਰਹੀ ਹੈ। ਆਪਣਾ ਘਰ ਕੋਈ ਪਰੇਸ਼ਾਨੀ ਨਹੀਂ। ਅੱਲਾ ਰੋਣ ਵਾਲਿਆਂ ਦੇ ਘਰ ਆਬਾਦ ਹੋਵੇ, ਰੋਣ ਵਾਲਿਆਂ ਦੀ ਨਸਲ ਆਬਾਦ ਹੋਵੇ, ਰੋਣ ਵਾਲਿਆਂ ਦੇ ਵਿਹੜੇ ਵਸੇ, ਰੋਣ ਵਾਲਿਆਂ ਦੀ ਔਲਾਦ ਦੀ ਜ਼ਿੰਦਗੀ ਹੋ ਗਈ। ਰੋਣ ਵਾਲੇ ਇਸ ਪਾਕ ਗਮ ਦੇ ਸਿਵਾ ਦੁਨੀਆਂ ਦੇ ਕਿਸੇ ਗਮ ਵਿੱਚ ਨਾ ਰੋਵਣ। ਆਪਣੇ ਸ਼ਹਿਰ, ਆਪਣੀਆਂ ਬਸਤੀਆਂ, ਆਪਣੀਆਂ ਇਮਾਮ ਬਾਰਗਾਵਾਂ ਹੋਵਣ ਜਿੱਥੇ ਇਹਨਾਂ ਨੂੰ ਰੋਵਣ ਤੋਂ ਰੋਕੇ ਕੋਈ। ਮੇਰੇ ਬਜ਼ੁਰਗੋ, ਚਿੱਟੀ ਦਾੜੀ ਵਾਲੇ, ਸੱਕਿਆਂ ਵੀਰਾਂ ਦੀਆਂ ਲਾਸ਼ਾਂ ਤੋਂ ਭੇੜੀ ਚੁੱਪ ਕਰਕੇ ਸ਼ਾਮ ਤੋਂ ਲਾਸ਼ਾਂ ਤੇ ਮਾਵਾਂ ਨੂੰ ਕਿਸੇ ਰੋਵਣ ਨਹੀਂ ਦਿੱਤਾ। ਉੱਚਾ ਕਰੋ ਜੀ, ਡਿਊਟੀ ਕਰੋ ਜੀ, ਠੀਕ ਕਰੋ ਜੀ। ਕਰਬਲਾ, ਮਾਵਾਂ ਦੇ ਸਾਹਮਣੇ ਪੁੱਤਰ ਮਾਰੇ ਨੇ ਤੇ ਸ਼ਾਮ ਵਿੱਚ ਪੁੱਤਰ ਦੇ ਸਾਹਮਣੇ ਮਾਵਾਂ ਮਾਰ ਚੁੱਕੇ। ਬਸਤੀ ਚ ਵੀ ਮੈਂ ਬੱਚਾ ਆਇਆ ਤੇ ਆਉਂਦਾ ਸ਼ਾਹ ਜੀ, ਤੁਹਾਨੂੰ ਪਤਾ ਤੁਸੀਂ ਬਜ਼ੁਰਗ ਹੋ। ਮੇਰੇ 35-40 ਸਾਲ ਇਮਾਮ ਹੁਸੈਨ ਬਾਦਸ਼ਾਹ ਦੇ ਪਾਕ ਪੁੱਤਰਾਂ ਦੀ ਡਿਊਟੀ ਨੌਕਰੀ ਕਰਦਿਆਂ ਗੁਜ਼ਰ ਗਏ। ਆਖਰੀ ਬੰਦੇ ਤੱਕ ਸ਼ਾਮਿਲ ਹੋ, ਵਕਤ ਜ਼ਾਇਆ ਕਰਨ ਵਾਸਤੇ ਨਹੀਂ ਹੁੰਦਾ। ਵਕਤ ਬਹੁਤ ਕੀਮਤੀ ਚੀਜ਼ ਹੈ। ਸ਼ੀਆ ਸੁਨੀਓ, ਜਾਂ ਉਹ ਬੰਦਾ ਜਿਸ ਨੇ ਮੇਰੀ ਆਵਾਜ਼ ਅੱਜ ਤੱਕ ਨਾ ਸੁਣੀ ਹੋਵੇ, ਅੱਜ ਮੈਂ ਕੁਰਾਨ ਸਿਰ ਤੇ ਰੱਖ ਕੇ ਪਿਆ ਆਖਣਾ, ਇਹ ਮੇਰਾ ਪੈਗਾਮ ਹਰ ਬਸਤੀ ਤੱਕ ਲੈ ਜਾਓ। ਮੋਈਆਂ ਨਹੀਂ ਮਾਰੀਆਂ ਗਈਆਂ ਨੇ ਰਸੂਲ ਦੀਆਂ। ਮਦੀਨੇ ਵਿੱਚ ਰੋਆ ਰੋਆ ਕੇ ਮਾਰਿਆ ਨੇ, ਦੀਨ ਸ਼ਾਮ ਦੇ ਰਾਹਾਂ ਵਿੱਚ ਤੜਪਾ ਰੋਵਣ ਤੇ ਪਾਬੰਦੀਆਂ। ਜਿਨ੍ਹਾਂ ਦੇ ਕਤਲ ਹੋਵਣ ਨਾ ਬੇਗੁਨਾਹ ਕਤਲ, ਉਹ ਲਾਸ਼ਾਂ ਤੇ ਵੈਣ ਕਰਦੇ, ਉਹ ਤੜਪਦੇ ਨੇ, ਉਹ ਰੋਂਦੇ ਨੇ, ਉਹ ਕਾਲੇ ਕੱਪੜੇ ਪਾ ਕੇ ਬਾਜ਼ਾਰਾਂ ਵਿੱਚ ਮਾਵਾਂ ਧੀਆਂ ਨੂੰ ਨਾਲ ਲੈ ਕੇ ਇਤਜਾਜ ਕਰਦੇ ਨੇ, ਉਹ ਆਖਦੇ ਦੱਸੋ ਕਿਹੜੇ ਜੁਰਮ ਵਿੱਚ ਮਾਰਿਆ। ਥੋੜਾ ਵਕਤ ਰਹਿ ਗਿਆ ਜੀ, ਮੈਂ ਅੱਜ ਜ਼ਾਨਾ ਦਰਖਾਸਤ ਕਰ ਰਿਹਾ ਔਰ ਨਬੀ ਦਾ ਕਲਮਾ ਪੜਨ ਵਾਲਿਆ
अपनी हैसियत नो क्लियर कर ले तो आज भी मारन वाले नाल या रोण वाले नाल। इस तो पहले जो तौबा का दरवाजा बंद हो जाए, इस तो पहले जो बारवा अल्लाह की जमीन ते उतर आवे, गाजी नु नाल लेके हालात पे दसेंदे ने मुर्तजी मुर्तजिस ते जीन रख नहीं सकता। खड़ा कर लिया है तेरे बारहवें इमाम ने ते जड़े वाले हुण गाजी आमना ना उस चुप करके नहीं जाना, उस कपड़ा में उठा उठा के पूछना दस क्यों चार घंटे करवाए। मजलस हुसैन च कोई चीज ते लै जा कुछ भी नहीं खटिया, बंद बख्ता चंद सिक्कियां वास्ते इस स्पीकर ते आके पिया है मातम यजीद का फेर। ये पूछ जाके जिस रस्सियां वाले हत्था नाल मुंह ते मातम साडी जबान खुल गई ते तेरी फिर जान कोई नहीं आनी, अपनी जबान नू अपने कंट्रोल च रख। सानू लाशा नजर पईआं आउंदीआं ने, ज़ाकरीन भी इसे शामिल ने। मैं दरखास्त करे सा बड़ा कीमती पुरजा है, एदे बगैर साडा गुजारा जो नहीं होंदा। अठवें इमाम फरमाया ए तमाम नाल मजलसा न करिया करो, मकाना दी छत्ता ते चढ़ चढ़ के चन मुहर्रम दे विच रोविया करो। एक बंदे पुछिया मौला इतनी ताकीद नाल क्यों पिया किदे हो इत्माम कर कर के रोया करो, फरमाया मता गदीर दी तरह लोग साडे मुहर्रम नूं भी भुल जावे। जे मातम यजीद दा फेल है ते बंद बख्ता मामा ला के गल करना, फिर गल कर साडे नाल पिंड विच आके। जे ए उन्हां कुत्तियां दा फेल है, जे उन्हां दा कुत्तियां दा फेल है ते जख्मी कित्थों होईआं ने रसूल दीआं। क्यों मत मारी गई आ, क्यों बर्बादी दे उतर आया है। खुदा दा खौफ कर अपनी नसर भी बचा ते इन्हां बेचारियां नूं भी, इन्हां ते भी तरस। बस इतनी देर ही मैं खलौसा के नाम ज्यादा नहीं, मैं कोई बच्चा तो नहीं ना, और फिर मेरी ड्यूटी रह गया कर गया। फजूलियात भी हूं कोई नहीं, तौबा मेरी लख हजार बार सिर्फ मजलिस अलामा अली नासर साहेब मेरे तो बाद मैं उन्होंने इंतजार खलोता वो मिंबर बाग ते आ जा ते मैं मिंबर उन्होंने हवाले करके मैं अपने सफर ते निकल जावा। कदी कदी मेहरबानी करते ने जिहड़े वेले मैं कोई दरखास्त करा ते फिर वो तशरीफ लै आउंदे ने, इन्हां दी मेहरबानी मेरे ते। ये जिहड़ा साडियां महफलां दी मजलसां दी ज़ीनत लोग इन बड़े कीमती लोग है, इस नूं संवारो अपना आप भावें रवे कुछ ना, मजलूम दा जिक्र रह गया। हम ना रहे तो क्या हुआ, बाकी है नामे पंज तन। इस उम्र का एतबार क्या, दारे फना है ये जहां। हम ना रहे तो क्या हुआ, बाकी है नामे पंज तन। ए रवे ए थोड़ी नसल च हो गए, फिर की बचना जे ना हो।
ਇਹਨਾਂ ਮਾਤਮੀਆਂ ਤੇ ਪਿਆ ਇਤਰਾਜ਼ ਕਰਨਾ, ਖੁਦਾ ਦੇ ਬੰਦੇ ਇਹਨਾਂ ਮਾਵਾਂ ਤੇ ਪਿਆ ਇਤਰਾਜ਼ ਕਰਨਾ। ਤੇ ਬ੍ਰੈਸਟ ਦਾ ਦੌਰ ਆ ਦਹਿਸ਼ਤਗਰਦੀ ਦਾ, ਤੇ ਟੀਵੀ ਤੇ ਪਿਆ ਅਨਾਊਂਸ ਹੁੰਦਾ ਆ ਸੁਬਾਹ ਦੇ ਆਹੀ 8-9 ਵਜੇ ਤੇ ਵੇਖੋ ਮਾਵਾਂ ਝੋਲੀਆਂ ਵਿੱਚ ਪੁੱਤਰਾਂ ਨੂੰ ਪਾ ਕੇ ਸੜਕ ਤੇ ਆ ਗਈ। ਤੌਬਾ ਕਰ ਜਾ ਮੇਰੇ, ਬਸ ਮੈਂ ਛੋੜਾਂ ਅਲਾਮਾ ਸਾਹਿਬ ਕਿਰਲਾ ਨੂੰ, ਵਾਲੀ ਸਾਹਿਬ ਲੈ ਵਕੀਲਾ ਸਾਹਿਬ ਨੂੰ, ਮੈਂ ਇੱਕ ਵੈਣ ਕਰਕੇ ਜਨਾਬ ਨੂੰ ਸਲਾਮ। ਮੈਂ ਰੀਸ ਨਹੀਂ ਮੇਰੀ, ਉਹ ਹਸਰਤ ਮੁੱਕ ਗਈ, ਇਹ ਤਿਆਰੀ ਨਵੇਂ ਸਿਰੋਂ ਜੰਮਣ ਤੇ ਫਿਰ ਪੜ੍ਹਨ ਨੂੰ। ਉਹ ਮੇਰੀ ਹਸਰਤ ਪਾਕਾ ਮੁਕਾਈ, ਇੱਥੇ ਮੇਰੇ ਠੰਡ, ਜਿਹੜੇ ਵੇਲੇ ਮੈਨੂੰ ਜ਼ਰੂਰਤ ਹੁੰਦੀ ਉਸ ਵੇਲੇ ਬੀਬੀ ਪਾਕ ਕਰਮ ਕਰਦੇ। ਬਸ ਮੇਰੇ ਬਜ਼ੁਰਗੋ, ਇਹ ਲਾਸ਼ ਮੌਲਾ ਹੁਸੈਨ ਨੇ ਬੜੀ ਔਖੀ ਚਾਹੀ, ਜਿਹੜੇ ਸ਼ੀਆ ਨੇ ਨਾ ਬੈਠੇ ਮਜਲਿਸ ਵਿੱਚ, ਆਓ ਜੀ ਫਿਰ ਬਿਸਮਿਲ੍ਲਾ, ਕਿਬਲਾ ਬਹੁਤ ਬਿਸਮਿਲ੍ਲਾ, ਬਹੁਤ ਮਿਹਰਬਾਨੀ ਜੀ। ਸਾਰੀਆਂ ਲਾਸ਼ਾਂ ਚਾਹੀਆਂ ਚਾਹੀਆਂ ਬੜੀਆਂ ਔਖੀਆਂ, ਪੁੱਤਰਾਂ ਦੀਆਂ ਲਾਸ਼ਾਂ ਕਿਸੇ ਨਬੀਆਂ ਵਿੱਚ ਚਾਹੀਆਂ ਨੇ, ਬੋਲੋ ਕਿਉਂ ਨਹੀਂ ਬੋਲੋ, ਨਹੀਂ ਨਾ ਚਾਹਣ ਹੁੰਦੀਆਂ ਪੁੱਤਰਾਂ ਦੀਆਂ ਲਾਸ਼ਾਂ। ਤੇ ਤੁਹਾਡੇ ਮੌਲਾ ਨੇ ਤੇ ਸਾਰਾ ਦਿਨ ਕਰਬਲਾ ਆਪ ਚਾਹੀ, ਤੇ ਇਹਨਾਂ ਲਾਸ਼ਾਂ ਵਿੱਚੋਂ ਨੌਜਵਾਨੋ ਕੋਈ ਮਜ਼ਮੂਨ ਨਹੀਂ, ਇਹਨਾਂ ਲਾਸ਼ਾਂ ਵਿੱਚੋਂ ਇਹ ਲਾਸ਼ ਬੜੀ ਔਖੀ ਚਾਹੀਏ ਮੇਰੇ ਮੌਲਾ ਹੁਸੈਨ, ਕਿਉਂਕਿ ਸਾਹਿਬ ਜ਼ਿਬਾ ਅਜ਼ੀਮ ਲਿਖਿਆ ਮੌਲੀ ਸਾਹਿਬ, ਸ਼ਹਿਜ਼ਾਦਾ ਪਾਕ ਕਾਸਮ ਦੀ ਲਾਸ਼ ਇਕੱਠੀ ਕਰਦਿਆਂ ਮੇਰੇ ਮੌਲਾ ਹੁਸੈਨ ਨੂੰ ਪੂਰੇ 3 ਘੰਟੇ ਲੱਗ ਗਏ। ਬਿਸਮਿਲ੍ਲਾ, ਹੌਸਲੇ ਨਾਲ, ਜਿਹੜਾ ਸ਼ੀਆ ਜੰਮਦਾ ਨਾ ਉਹ ਬੇਚਾਰਾ ਸਾਰੀ ਜ਼ਿੰਦਗੀ ਰੋਂਦਾ। ਮੈਨੂੰ ਤੇ ਆਪਣਾ ਪਤਾ, ਮੈਂ ਮਾਂ ਦੀ ਝੋਲੀ ਵਿੱਚ ਮਜਲਿਸ ਵਿੱਚ ਆਇਆ, ਮਿੱਟੀ ਤੇ ਬਹਿ ਕੇ ਮਾਵਾਂ ਰੋਂਦੀਆਂ ਹੋਈਆਂ ਤੇ ਪੁੱਤਰ ਮਾਂ ਨੂੰ ਵੇਖ ਵੇਖ ਕੇ ਰੋਂਦਾ ਮਜਲਿਸ। ਇਹ ਆਸੂ ਨਾ ਤੇਰੀ ਕੁਵਤ ਖਰੀਦ ਚ ਨੇ, ਨਾ ਤੂੰ ਇਹਨਾਂ ਨੂੰ ਖਰੀਦ ਕਰ ਸਕਦਾ। ਇਹ ਨਾ ਆ, ਕਈ ਆਏ ਤੇ ਕਈ ਗਏ, ਬੜੀ ਔਖੀ ਲਾਸ ਚਾਹੀ ਸੀ ਤੇ ਮੇਰਾ ਵਾਅਦਾ ਆਖਰੀ ਵੈਣ ਦਾ ਹੈ, ਤੇ ਮੈਂ ਮਜਲਿਸ ਤੇ ਬਿਲਕੁਲ ਕਰੀਬ ਰਹਿਣਾ, ਇੱਕ ਮਿੰਟ ਵੀ ਜਨਾਬ ਦਾ ਜ਼ਾਇਆ ਨਹੀਂ ਕਰਨਾ ਚਾਹੁੰਦਾ। ਇੰਜ ਰੇਤ ਚ ਟੁਕੜੇ ਪਿਆ ਇਕੱਠੇ ਕਰਦਾ ਹਾਂ ਨਾ, ਪੁੱਤਰ ਜਵਾਨ ਦੇ ਲਾਸ਼ ਦੇ ਟੁਕੜੇ, ਇੱਕ ਹੋਰ ਜਵਾਨ ਜਿਹੜਾ ਟੁਕੜਾ ਚਾਹੁੰਦਾ ਏ ਮੇਰੇ ਮੌਲਾ ਨੂੰ ਦੇਂਦਾ ਏ, ਤੇ ਰੋ ਰੋ ਕੇ ਆਂਦਾ ਏ ਹੁਸੈਨ ਕੋਈ ਸੋਹਣੀ ਮਜਲਿਸ ਜੇ ਜੀ ਅੱਜ ਜੇ ਮਨਜ਼ੂਰੀਆਂ ਸ਼ਬੀਰ ਹੁਣ ਰਾਲੀਏ ਮੇਰੇ ਮੌਲਾ ਦੀ ਆਵਾਜ਼ ਆਈ ਏ ਕਾਲੇ ਮੈਂ ਗਰੀਬ ਤੇ ਅਹਿਸਾਨ ਕਰਨ ਵਾਲਾ ਉਹ ਮੈਨੂੰ ਫਤਰੀ ਜੇ ਦੀ ਲਾਸ਼ਾ ਜਾ ਕੇ ਦੇਵਣ ਵਾਲਾ ਕੌਣ ਇਵੇ ਚਿਹਰੇ ਤੂੰ ਨਿਕਾ ਬਤਾ ਕੇ ਫਰਮੈਂਦੇ ਨੇ ਸੁਝਾ